वाहिगुरु जी का खालसा, वाहिगुरु जी की फतेह। वाहिगुरु जी, साढ़े जिहड़े मेहमान आए ने बस नेरा हो जांदा, क्यों हुण इक तां दिन छोटे ने ते इक वैसे टाइम नहीं इन्ना हुंदा जिन्ना नेरा हो जांदा। वाहिगुरू जी, ये फतेहगढ़ साहब तो आ रहे ने दीदी ने। वाहिगुरू जी का खालसा, वाहिगुरू जी की फतेह मिली। वाहिगुरू जी, ठंड बहुत है, ठंड च पानी पीण नूं तां दिल नहीं करदा जी। कोसा जे लैणा लिया दिंदे आ ते होर वधिया दर्शन हो गए। हां बहुत वधिया दर्शन। भीड़ किन्नी कि सी? अच्छा, सोणे सी। संगत आ रही सी, बनाद ने मोड़े दर्शन कर। ठीक है, बहुत वधिया है दर्शन। चलो तुसी संगत दे करया, असी थोड़े कर लिया। हां सही गल है, देख ले भाई। चलो साडा भी मन जा हैगा, तैयार होए होए हैं, चले इधर चलदे हैं। हां जी, अच्छे कहंदे असी भी एक दो दिन च 25 तरीक दी सलाह सीगी। अच्छा, जान दी जी पहला बनी पहला सही, नहीं फिर 25 नूं जावांगे। किथे आला लाला? मंडियाणे आला कि सराड़े आला? हाँ जी, डैडी थोड़ा जमाई सरपंच बने। हाँ जी, ना मजाक नहीं, सच्ची तो जी अपनी डेली प्रशादा तैयार होंगे।
ਵਾਹਿਗੁਰੂ ਜੀ। ਇਹ ਜਿਹੜਾ ਡੇਲੀ ਪ੍ਰਸ਼ਾਦਾ ਤਿਆਰ ਕਰਦੇ ਹਾਂ ਕਣਕ ਦਾ, ਅਤੇ ਵੈਸੇ ਕਦੇ ਕਦੇ ਮੱਕੀ ਦਾ ਬਣਾਉਂਦੇ ਹੁੰਦੇ ਹਾਂ, ਜਿਵੇਂ ਸਰਦੀ 'ਚ ਤਾਂ ਚਲੋ ਮੱਕੀ ਦਾ ਵੀ ਵਧੀਆ ਲੱਗਦਾ, ਬੱਚੇ ਥੋੜ੍ਹਾ ਜਿਹਾ ਘੱਟ ਪਸੰਦ ਕਰਦੇ ਨੇ ਮੱਕੀ ਦਾ ਪ੍ਰਸ਼ਾਦਾ, ਉਹ ਕਣਕ ਦਾ ਹੀ ਖਾਂਦੇ ਨੇ। ਅਸੀਂ ਸਾਰੇ ਬੜੇ ਤਾਂ ਮੱਕੀ ਦਾ ਲੈ ਲੈਂਦੇ ਹਾਂ। ਦੀਦੀ ਦਾ ਪ੍ਰਸ਼ਾਦਾ ਥੋੜ੍ਹਾ ਛੋਟਾ ਹੁੰਦਾ, ਮੇਰਾ ਬੜਾ ਹੁੰਦਾ। ਵਾਹਿਗੁਰੂ ਜੀ। ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਸੀ ਅਸੀਂ ਵੀ 2021 ਦੇ ਵਿੱਚ, ਮਤਲਬ ਕਿ ਅਗਲਾ ਸਾਲ ਹੀ ਹੋ ਗਿਆ, ਕੋਈ ਦਿਨ ਨਹੀਂ ਫਿਕਸ ਕਰਿਆ ਹੈਗਾ ਵੀ ਨਵੇਂ ਸਾਲ ਨੂੰ ਵੀ ਰਾਜਪੁਰੇ ਜਾਣ ਦੀ ਗੱਲ ਕਰੀ ਸੀ, ਅਤੇ ਸਾਡੇ 'ਚੋਂ ਕੌਣ ਜਾਊਗਾ, ਦੀਦੀ ਜਾਊਗੀ ਜਾਂ ਮੈਂ ਜਾਊਂਗੀ। ਵਾਹਿਗੁਰੂ ਜੀ। ਪਿੰਡਾਂ ਦੇ ਵਿੱਚ ਬਸ ਐਵੇਂ ਪ੍ਰਸ਼ਾਦਾ ਤਿਆਰ ਕਰਿਆ ਜਾਂਦਾ, ਅਤੇ ਜਿਹੜੀ ਦਾਲ ਸਬਜ਼ੀ ਬਣਾਉਂਦੇ ਆ ਉਹਨਾਂ ਦਾ ਵੀ ਕੋਈ ਬੜਾ ਅਲੱਗ ਅਲੱਗ ਸਟਾਈਲ ਨਹੀਂ ਹੁੰਦਾ ਹੈਗਾ, ਉਹ ਵੀ ਦੇਸੀ ਜਿਹਾ ਸਟਾਈਲ ਇੱਕੋ ਹੀ ਹੁੰਦਾ ਕਿ ਆਪਣਾ ਕੋਈ ਤੜਕਾ ਕੱਟ ਕੇ ਲਾ ਦਿੰਦਾ, ਕੋਈ ਗ੍ਰਾਇੰਡ ਕਰ ਲੈਂਦਾ ਉਵੇਂ ਲਾ ਦਿੰਦਾ, ਕੋਈ ਪਹਿਲਾਂ ਜੀਰਾ ਪਾ ਲੈਂਦਾ, ਕੋਈ ਬਾਅਦ 'ਚ ਗਰਮ ਮਸਾਲਾ ਪਾ ਲੈਂਦਾ, ਇਹ ਆਪਣਾ ਆਪਣਾ ਹੁੰਦਾ, ਇੰਨਾ ਕੋਈ ਖਾਸ ਫਰਕ ਨਹੀਂ ਹੁੰਦਾ ਹੈਗਾ। ਸਭ ਦੀ ਕੁਕਿੰਗ ਸੇਮ ਜੀ ਹੁੰਦੀ ਹੈ। ਵਾਹਿਗੁਰੂ ਜੀ। ਬਸ ਆ ਦੋ ਰੋਟੀਆਂ ਰਹਿ ਗਈਆਂ, ਸਾਰੀਆਂ ਰੋਟੀਆਂ ਪਾਣੀ ਦੀਆਂ ਡੱਬਾ ਭਰ ਕੇ, ਅਤੇ ਬਾਬਾ ਜੀ ਪਾਠ ਕਰਨ ਲੱਗ ਗਏ, ਵੈਸੇ ਬੱਦਲ ਜਿਹਾ ਹੋ ਗਿਆ। ਪਰ ਇੱਥੇ ਉਹ ਜੀ ਹੈ, ਹਵਾ ਨਹੀਂ ਲੱਗਦੀ ਹੈਗੀ, ਅੰਦਰ ਬਹੁਤਾ ਧੂੰਆਂ ਹੋ ਜਾਂਦਾ। ਕੰਮ ਕਰਦਾ ਤਾਂ ਬੰਦਾ ਇੰਨਾ ਕੁ ਬੋਲਦਾ। ਵਾਹਿਗੁਰੂ ਜੀ। ਪ੍ਰਸ਼ਾਦੇ ਤਿਆਰ ਨੇ, ਬਣ ਕੇ ਦੋ ਕੇ ਰਹਿ ਗਏ ਬਸ। ਠੀਕ ਹੈ ਜੀ।